ਤਾਂ ਭਾਜਪਾ ਵੱਲੋਂ ਇੱਥੇ ਇੱਕ ਇਤਿਹਾਸਿਕ ਰੋਡ ਸ਼ੋਅ ਕੱਢਿਆ ਜਾ ਰਿਹਾ, ਜਿਸ ਵਿੱਚ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਕਿ ਉਹ ਸ਼ਮੂਲੀਅਤ ਕਰਦੇ ਹੋਏ ਵਿਖਾਈ ਦੇ ਰਹੇ ਨੇ। ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਭਾਜਪਾ ਦੇ ਸੀਨੀਅਰ ਆਗੂ ਨੇ ਉਹ ਪਹੁੰਚੇ ਨੇ, ਨਾਲ ਹੋਰ ਵੀ ਲੀਡਰ ਸਾਹਿਬਾਨ ਪਹੁੰਚੇ ਨੇ, ਤਾਂ ਗੱਲਬਾਤ ਕਰ ਲੈਂਦੇ ਹਾਂ। ਜਿਤਾਉਣ ਵਾਸਤੇ ਲੱਗੇ ਨੇ, ਜਿੱਤਣ ਵਾਸਤੇ ਲੱਗੇ ਨੇ, ਅਤੇ ਅੰਮ੍ਰਿਤਸਰ ਪੂਰਾ ਜ਼ੋਰਾਂ ਦੇ ਨਾਲ ਆ, ਅੰਮ੍ਰਿਤਸਰ ਸਾਰਾ ਮੋਦੀ ਸਾਹਿਬ ਦੇ ਨਾਲ ਆ। ਔਰ ਤੁਸੀਂ ਦੇਖਦੇ ਸੜਕਾਂ ਦੇ ਉੱਤੇ ਜਿਸ ਤਰੀਕੇ ਲੋਕਾਂ ਦਾ ਜੋਸ਼ ਦਿਖਾਈ ਦਿੰਦਾ ਹੈ, ਇਹ ਸਮਝ ਰਹੇ ਪਹਿਲੇ ਅੰਮ੍ਰਿਤਸਰ ਦੇ ਲੋਕ ਕਿ ਪਹਿਲੀ ਦੋ ਵਾਰਾਂ ਗਲਤੀ ਕਰ ਲਈ ਆ, ਖੈਰ ਕਿ ਉਹਦਾ ਹੀ ਸਾਥ ਦੇਣਾ ਹੈ ਜਿਨ੍ਹਾਂ ਦੀ ਦਿੱਲੀ ਸਰਕਾਰ ਬਣਨੀ ਆ। ਔਰ ਅੰਮ੍ਰਿਤਸਰ ਦਾ ਵਿਕਾਸ, ਪੰਜਾਬ ਦਾ ਵਿਕਾਸ, ਬਾਰਡਰ ਦਾ ਵਿਕਾਸ, ਇੱਥੋਂ ਦਾ ਰੋਜ਼ਗਾਰ, ਇੱਥੋਂ ਦਾ ਐਕਸਪੋਰਟ ਹੋਵੇ, ਉਹਦੇ ਵਾਸਤੇ ਮੈਂ ਸਮਝਦਾ ਕਿ ਇੱਥੋਂ ਦੇ ਲੋਕ, ਅੱਜ ਅੰਮ੍ਰਿਤਸਰ ਦੇ ਲੋਕ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਸਾਥ ਦੇ ਰਹੇ ਨੇ। ਰਾਹੁਲ ਗਾਂਧੀ ਕਹਿੰਦੇ ਨੇ ਕਿ ਅੰਮ੍ਰਿਤਸਰ ਨੂੰ ਗਲੋਬਲ ਦੇ ਉੱਤੇ ਲੈ ਕੇ ਆਉਣ ਦੀ ਜ਼ਰੂਰਤ ਹੈ, ਬੇਸ਼ੱਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਨਾਮ ਬਹੁਤ ਜ਼ਿਆਦਾ ਆ, ਲੇਕਿਨ ਕਿਤਨਾ ਕਿਤੇ ਨੂੰ ਲਿਆਉਣ ਦੀ ਜ਼ਰੂਰਤ ਹੈ? ਉਹਨੂੰ ਲਿਆਉਣ ਤੋਂ ਰੋਕਿਆ ਕਿੰਨੇ ਸੀ? ਤੁਸੀਂ ਤਾਂ ਤੋਪ ਟੈਂਕਾਂ ਲੈ ਕੇ ਗਲੋਬਲ ਬਣਾਇਆ ਸੀ ਇਹਨੂੰ, ਤੁਸੀਂ ਤਾਂ ਤੋਪਾਂ ਨਾਲ ਹਮਲਾ ਕਰਾ ਕੇ BBC 'ਤੇ ਖਬਰਾਂ ਚਲਵਾਈਆਂ ਸੀ ਇਹਨੂੰ, ਤੁਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾ ਕੇ ਅਤੇ ਫਿਰ CNN 'ਤੇ ਵਰਲਡ 'ਚ ਖਬਰਾਂ ਚਲਾਈਆਂ ਸੀ ਤੁਸੀਂ ਇਹਨੂੰ, ਗਲੋਬਲ 'ਤੇ ਤੁਸੀਂ ਲੈ ਕੇ ਆਏ ਸੀ, ਇੱਥੋਂ ਦੇ ਬੇਕਸੂਰ ਲੋਕਾਂ ਨੂੰ ਜੀਂਦਿਆਂ ਨੂੰ ਅੱਗਾਂ ਲਾ ਕੇ ਟੈਂਕ 'ਤੇ ਤੋਪਾਂ ਚਲਾ ਕੇ। ਇਸ ਕਰਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਅਸੀਂ ਕੋਈ ਗੱਲ ਕਹਿਣ ਤੋਂ ਪਹਿਲਾਂ। ਤੁਸੀਂ 65 ਸਾਲ ਤੱਕ ਇੱਕ ਸਰਕਾਰ ਦੇਸ਼ 'ਤੇ ਰਾਜ ਕੀਤਾ, ਔਰ ਤੁਸੀਂ ਸਿੱਖਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਾਰਨ ਔਰ ਕੁੱਟਣ ਦੀ ਕੋਸ਼ਿਸ਼ ਕੀਤੀ, ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਟੈਂਕ 'ਤੇ ਤੋਪਾਂ ਚਲਾਏ। ਇਸ ਕਰਕੇ ਤੁਹਾਨੂੰ ਇਹ ਅਧਿਕਾਰ ਹੀ ਨਹੀਂ ਗੱਲ ਕਹਿਣ ਦਾ, ਔਰ ਜੇ ਤੁਹਾਨੂੰ ਰੋਕਿਆ ਕਿ ਨਹੀਂ ਸੀ, ਲੈ ਕੇ ਕਿਉਂ ਨਾ ਆਏ ਹੁਣ ਤੱਕ? ਫਿਰ ਇੰਡੀਅਨ ਲਾਈਨਸ ਕਹਿ ਰਹੀ ਵੀ ਇਸ ਵਾਰ ਦੇਸ਼ ਅੰਦਰ ਹਾਲਾਤ ਬਦਲੇ ਹੋਏ ਨੇ, 400 ਪਾਰ ਦਾ ਨਾਰਾ ਦੇਣ ਵਾਲੀ BJP ਇਸ ਕੀ 200 ਪਾਰ ਨਹੀਂ ਹੋਏ? ਉਹਨਾਂ ਨੂੰ 450 ਪਾਰ ਦੀ ਚਿੰਤਾ, ਆਪਣੀ ਤਾਂ ਗੱਲ ਹੀ ਨਹੀਂ ਕਰਦੇ। ਉਹ ਇੱਕੋ ਗੱਲ ਕਹਿੰਦੇ 400 ਨਹੀਂ ਆਏਗੇ, 400 ਨਹੀਂ ਆਏਗੇ। ਸਿਆਣੇ ਨੇ ਪੁੱਛਿਆ, ਬਈਆ ਉਨਕੇ 400 ਨਹੀਂ ਆਏਗੇ ਤੁਹਾਰੇ? ਕਹਿੰਦਾ ਬਈਆ ਹਮਾਰੇ ਤੋਂ ਪਹਿਲੇ ਵੀ ਨਹੀਂ ਆਤੇ ਥੇ, ਬਾਤ ਉਨਕੀ ਹੈ, ਉਨਕੀ 399 ਆਏਗੀ। ਸਾਡੇ ਵਰਗਾ ਬੰਦਾ ਕਹਿੰਦਾ ਚੱਲ ਯਾਰ ਕੋਈ ਗੱਲ ਨਹੀਂ, ਸਾਡੀਆਂ 399 ਚਾਹ ਚੜਾ ਲਾਂਗੇ, ਤੁਹਾਡੀਆਂ ਤਾਂ ਨਹੀਂ ਆਉਣੀਆਂ। ਉਹਨਾਂ ਨੂੰ ਕਰੀ ਚਿੰਤਾ, ਅੰਮ੍ਰਿਤਸਰ ਵਿਕਾਰੀ ਸੀਟ ਹੈ, ਅੰਮ੍ਰਿਤਸਰ 'ਤੇ ਲਗਾਤਾਰ ਧਿਆਨ ਰਹਿੰਦਾ, ਅਤੇ ਅੰਮ੍ਰਿਤਸਰ ਵਿੱਚੋਂ ਭਾਜਪਾ ਦਾ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਅੰਮ੍ਰਿਤਸਰ ਨੇ ਹੀ ਭਾਜਪਾ ਨੂੰ ਤੈਅ ਕੀਤਾ ਹੈ, ਅੰਮ੍ਰਿਤਸਰ ਦੇ ਲੋਕਾਂ ਦਾ ਜੋਸ਼ ਹੀ ਤੈਅ ਕਰਦਾ ਪਿਆ ਕਿ ਉਹ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਨੇ। ਔਰ ਮੈਂ ਅੰਮ੍ਰਿਤਸਰ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਵੀ ਕਰਨਾ ਚਾਹੁੰਦਾ। ਦੇਖੋ, ਤੁਸੀਂ ਬਹੁਤ ਸਾਲ ਮੌਕੇ ਦੇਖ ਲਿਆ ਵਿਪਕਸ਼ ਨੂੰ ਦੇ ਕੇ, ਔਰ ਪੰਜਾਬ ਦੇ ਔਰ ਅੰਮ੍ਰਿਤਸਰ ਦੇ ਕੋਈ ਲਾਭਾਰਥੀ ਕੋਈ ਕੰਮ ਨਹੀਂ ਹੋ ਪਾਉਂਦੇ। ਪਹਿਲਾਂ ਵੀ ਇੱਥੋਂ ਜੇਟਲੀ ਜੀ ਮੰਤਰੀ ਬਣੇ ਜਾ ਕੇ ਕੇਂਦਰ 'ਚ, ਪਰ ਤੁਸੀਂ ਉੱਥੇ ਹਰਾ ਦਿੱਤਾ। ਜੋ ਉਸ ਵੇਲੇ ਇੱਥੋਂ ਦੇ MP ਬਣ ਕੇ ਗਏ ਹੁੰਦੇ, ਸ਼ਾਇਦ ਅੰਮ੍ਰਿਤਸਰ ਦੇ ਵਿਕਾਸ ਕੁਛ ਹੋਰ ਹੋਣੇ ਸੀ। ਪੁਰੀ ਸਾਹਿਬ ਵੀ ਇੰਨੇ ਸਾਲ ਮੰਤਰੀ ਰਹਿ ਲਏ, ਤੁਸੀਂ ਉਹਨਾਂ ਨੂੰ ਵੀ ਨਹੀਂ ਜਿਤਾ ਕੇ ਭੇਜਿਆ। ਕੰਮ ਕਰਨ ਦਾ ਮੌਕਾ ਦਿਉ, ਜਿਨ੍ਹਾਂ ਨੇ ਜਾ ਕੇ ਕੇਂਦਰ ਸਰਕਾਰ ਬਣਨੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿਉ। ਮੈਂ ਤਾਂ ਅੰਮ੍ਰਿਤਸਰ ਲੋਕਾਂ ਦੀ ਚਰਨਾਂ 'ਚ ਬੇਨਤੀ ਕਰਦਾ। ਦਾਅਵਿਆਂ ਦੀ ਹੋਰ ਲੱਗੀ ਹੋਈ, ਦਾਅਵਿਆਂ ਦੀ ਹੋਰ ਲੱਗੀ ਹੋਈ ਹੈ, ਕਹਿੰਦੇ ਹਰ ਕੋਈ ਕਹਿੰਦਾ ਅਸੀਂ ਜਿੱਤਾਂਗੇ, ਜਿੱਤੂਗਾ ਕੌਣ? ਨਹੀਂ, ਜਿੱਤੇਗਾ ਤੂੰ, ਜਿਹੜਾ ਮੋਦੀ ਜੀ ਨਾਲ ਆ, ਬਾਕੀਆਂ ਦੇ ਤਾਂ ਗੱਲਾਂ ਹੀ ਰਹਿ ਜਾਣੀਆਂ ਨੇ। ਲੇਕਿਨ ਕੇਜਰੀਵਾਲ ਤੋਂ 7 ਦਿਨ ਹੋਰ ਮੰਗੇ ਜਾ ਰਹੇ ਜੀ, ਅਸੀਂ ਤੋਂ ਕੀ ਲੱਗਦਾ ਕਿ ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ, ਕੇਜਰੀਵਾਲ ਜੀ ਖੁਦ ਹੀ ਮੰਨ ਗਏ ਨੇ ਕਿ ਉਹ ਜਮਾਨਤ ਉਹਨਾਂ ਦੀ ਸਰਕਾਰ ਨਹੀਂ ਆ ਰਹੀ, ਕਿਉਂਕਿ ਕੇਜਰੀਵਾਲ ਜੀ ਕਹਿ ਰਹੇ ਸੀਗੇ ਕਿ ਹੁਣ NDA ਦੀ ਸਰਕਾਰ ਨਹੀਂ ਆਉਣੀ, ਇੰਡੀਆ ਅਲਾਇੰਸ ਆਉਣੀ ਆ, ਅਤੇ ਮੈਨੂੰ ਜੇਲ੍ਹ ਨਹੀਂ ਜਾਣਾ ਪੈਣਾ। ਹੁਣ ਟਾਈਮ ਮੰਗਣ ਲੱਗ ਪਏ, ਉਹਨੂੰ ਪਤਾ ਲੱਗ ਗਿਆ ਵੀ ਮੇਰੀ ਸਰਕਾਰ ਵੀ ਨਹੀਂ ਆ ਗਈ ਅਤੇ ਮੈਨੂੰ ਜੇਲ੍ਹ ਵੀ ਜਾਣਾ ਪੈਣਾ। ਪ੍ਰਚਾਰ ਕਰਨ ਨੂੰ, ਗਾਲਾਂ ਕੱਢਣ ਨੂੰ ਉਹਨਾਂ ਕੋਲ ਸਿਹਤ ਚੰਗੀ ਆ, ਪਰ ਜਦੋਂ ਜੇਲ੍ਹ ਜਾਣ ਦਾ ਵਾਰੀ ਆਉਂਦੀ ਤਾਂ ਕਹਿੰਦੇ ਮੈਂ ਬਿਮਾਰ ਹੋ ਗਿਆ, ਇਹ ਕੰਮ ਨਹੀਂ ਚੱਲੇਗਾ। ਅਕਾਲੀ ਦਲ ਲਗਾਤਾਰ ਹੀ ਆਪਣੇ ਵਰਕਰਾਂ ਨੂੰ ਕੱਢ ਰਿਹਾ, ਆਪਣੇ ਲੀਡਰਸ ਨੂੰ ਕੱਢ ਰਿਹਾ, ਅੱਜ ਵੀ ਕਈ ਲੀਡਰ ਛੱਡ ਰਹੇ ਨੇ, ਕੀ ਲੱਗਦਾ? ਕੋਈ ਰਹਿ ਹੀ ਨਹੀਂ ਗਏ ਹੁਣ, ਕੋਈ ਰਹਿ ਹੀ ਨਹੀਂ ਗਏ ਕੱਢਣ ਨੂੰ, ਰਹਿ ਨਹੀਂ ਗਏ। ਦੇਖੋ, ਪਹਿਲਾਂ ਬੱਸਾਂ 'ਚ ਆਉਂਦੇ ਸੀ, ਫਿਰ ਕਾਰਾਂ 'ਚ ਆਉਣ ਲੱਗੇ, ਹੁਣ ਸਕੂਟਰਾਂ 'ਤੇ ਆਏ ਨੇ, ਹੁਣ ਸਾਈਕਲ ਜੋਗੇ ਰਹਿ ਗਏ ਨੇ, ਜੇ ਕੱਢਣਗੇ ਨਹੀਂ ਸਾਈਕਲ 'ਤੇ ਚੜ੍ਹਨਗੇ ਕਿਵੇਂ? ਇਹ ਨੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਭਾਜਪਾ ਦੇ ਵੱਡੇ ਲੀਡਰ ਨੇ, ਔਰ ਇੰਡੀਆ ਅਲਾਇੰਸ ਦੇ ਨਾਲ ਅਕਾਲੀ ਦਲ ਬਾਦਲ 'ਤੇ ਵੀ ਤਿੱਖੇ ਤੰਜ ਕਸਦੇ ਦਿਖਾਈ ਦੇ ਰਹੇ ਨੇ, ਔਰ ਇਹੀ ਆਖ ਰਹੇ ਨੇ ਵੀ ਇਸ ਵਾਰ ਮੁੜ ਤੋਂ ਤੀਸਰੀ ਵਾਰ ਦੇਸ਼ ਅੰਦਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਅਤੇ ਭਾਜਪਾ 400 ਪਾਰ ਜਿਹੜੀ ਆਖ ਰਹੀ ਹੈ ਉਹ 400 ਪਾਰ ਤੋਂ ਜਿਹੜਾ ਕਿ ਜਾਏਗੀ, ਅਤੇ ਦੇਸ਼ ਅੰਦਰ ਮੁੜ ਤੋਂ ਤੀਸਰੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ, ਅਜਿਹਾ ਦਾਅਵਾ
ਮਨਜਿੰਦਰ ਸਿੰਘ ਸਿਰਸਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਅੰਦਾਜ਼ੀ ਹੈ ਇੱਥੇ ਇੱਕ ਇਤਿਹਾਸਿਕ ਰੋਡ ਸ਼ੋਅ ਕੱਢਿਆ ਜਾ ਰਿਹਾ। ਤਰਨਜੀਤ ਸਿੰਘ ਸੰਧੂ ਜਿਹੜੇ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ, ਉਹਨਾਂ ਦੇ ਸਮਰਥਨ ਵਿੱਚ ਜਿੱਥੇ ਕਿ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਬਹੁਤ ਸਾਰੇ ਹੋਰ ਵੱਡੇ ਆਗੂ ਪਹੁੰਚੇ ਹੋਏ ਨੇ। ਕੈਮਰਾ ਪਰਸਨ ਗੋਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।